ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਅੱਜ ਤੋਂ 3.5 ਸਾਲ ਪਹਿਲਾਂ ਸਨੇਹਾ ਕਤਿਆਲ ਤੇ ਗਗਨ ਲਾਲੀ ਦਾ ਵਿਆਹ ਹੋਇਆ ਸੀ ਤੇ ਵਿਆਹ ਤੋਂ 7-8 ਕੁ ਮਹੀਨੇ ਬਾਅਦ ਹੀ ਇਹਨਾਂ ਦਾ ਡਿਵੋਰਸ ਹੋ ਗਿਆ ਸੀ ਸੋ ਇਹਨਾਂ ਨੇ ਆਪਣੇ ਡਿਵੋਰਸ ਹੋਣ ਦਾ ਕੋਈ ਰੀਜ਼ਨ ਹੀ ਸੀ ਦੱਸਿਆ ਤੇ ਅਕਸਰ ਹੀ ਲੋਕ ਇਹਨਾਂ ਦੀ ਵੀਡੀਓਜ਼ ਨੀਚੇ ਕਮੈਂਟ ਕਰਦੇ ਹੁੰਦੇ ਸੀ ਕਿ ਤੁਹਾਡਾ ਡਿਵੋਰਸ ਕਿਉਂ ਹੋਇਆ ਬਹੁਤ ਸਾਰੇ ਲੋਕ ਸਨੇਹਾ ਕਤਿਆਲ ਨੂੰ ਗਲਤ ਕਹਿੰਦੇ ਸੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਗਨ ਲਾਲੀ ਨੂੰ ਗਲਤ ਕਹਿੰਦੇ ਸੀ ਸੋ ਜਿਹਦੇ ਚੱਲਦੇ ਆ ਅੱਜ ਸਨੇਹਾ ਕਤਿਆਲ ਨੇ ਆਪਣੇ YouTube ਸਨੇਹਾ ਕਤਿਆਲ ਆਪਣੇ ਰਿਲੇਸ਼ਨ ਬਾਰੇ ਤੇ ਆਪਣੀ ਡਿਵੋਰਸ ਬਾਰੇ ਕੁਝ ਗੱਲਾਂ ਬੋਲੀ ਹੈਗੀ ਤੁਸੀਂ ਉਹ ਕਲਿੱਪ ਜ਼ਰੂਰ ਦੇਖੋ ਦੋ ਕੇ ਸਾਲ ਮੈਂ ਖਾਲਸਾ ਕਾਲਜ ਲਾਈ ਉਸ ਤੋਂ ਬਾਅਦ ਮੇਰੀ ਲਾਈਫ 'ਚ ਤਾਂ ਕੋਈ ਫੇਸ ਆਇਆ ਮੈਨੂੰ ਕੋਈ ਮਿਲਿਆ ਹਨਾ ਕੀਤੀ ਵੀ ਨਹੀਂ ਐਂਡ ਕੋਈ ਜਾਣਦਾ ਵੀ ਨਹੀਂ ਸੀ ਕਿ ਮੈਂ ਪੜਾਂ ਲਿਖਾਂ ਮਤਲਬ ਮੈਂ ਇਸ ਫੀਲਡ ਦੇ ਵਿੱਚ ਜਾਵਾਂ ਪੜਾਈ ਲਿਖਾਈ ਵਾਲੇ ਹਨਾ ਸੋ ਮੈਂ ਘਰੇ ਬੈਗੀ ਸੀਗੀ ਨੂੰ ਹਰਟ ਹੁੰਦਾ ਮੈਂ ਕਮੈਂਟਸ ਰੀਡ ਕਰਦੀਆਂ ਮੈਨੂੰ ਬਹੁਤ ਫੀਲ ਹੁੰਦਾ ਅੱਜ ਬਹੁਤ ਟਾਈਮ ਹੋ ਗਿਆ ਉਸ ਚੀਜ਼ ਨੂੰ ਬਟ ਅੱਜ ਵੀ ਉਹ ਚੀਜ਼ ਜੋ ਨਿਕਲ ਨਹੀਂ ਹੁੰਦਾ ਹਨਾ ਹਾਂਜੀ ਕਲਿੱਪ ਤਲੀ ਹੋਣੀ ਤੁਸੀਂ ਦੇਖ ਕੇ ਕਲਿੱਪ ਦੇਖਣ ਤੋਂ ਬਾਅਦ ਤੁਸੀਂ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਕਿ ਪਹਿਲਾਂ ਤਾਂ ਛੋਟੀ ਉਮਰ ਦੇ ਵਿੱਚ ਹੀ ਅਗਲਾ ਵਿਆਹ ਕਰਵਾ ਲੈਂਦਾ ਤੇ ਫਿਰ ਉਹ ਇਕੱਠੇ ਵੀਡੀਓਸ ਬਲੌਗ ਸ਼ੇਅਰ ਕਰਦੇ ਨੇ ਤੇ ਫਿਰ ਕੁਝਕ ਟਾਈਮ ਬਾਅਦ ਕਹਿ ਦਿੰਦੇ ਨੇ ਕਿ ਸਾਡਾ ਡਿਵੋਰਸ ਹੋ ਗਿਆ ਸੋ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਜੋ ਛੋਟੀ ਉਮਰ ਦੇ ਜਵਾਕ ਦੇਖਦੇ ਨੇ ਤਾਂ ਉਹਨਾਂ ਤੇ ਬਹੁਤ ਗਲਤ ਇਫੈਕਟ ਪੈਂਦਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਡਿਵੋਰਸ ਆ ਜਿਹੜਾ ਯਾਰ ਜਰੂਰ ਸਾਂਝਾ ਕਰੋ ਸੁਨੇਹਾ ਕਤਿਆਲ ਨੇ ਇਸ ਵੀਡੀਓ ਦੇ ਵਿੱਚ ਸਿੱਧੇ ਇਲਜ਼ਾਮ ਨੇ ਜਿਹੜੇ ਕਿ ਗਗਨ ਲਾਲੀ ਦੇ ਉੱਪਰ ਹੀ ਲਾਏ ਨੇ ਕਿ ਮੇਰੀ ਗਗਨ ਲਾਲੀ ਨੇ ਅੱਗੇ ਸਟੱਡੀ ਹੈ ਜਿਹੜੀ ਕਿ ਉਹ ਕੰਟੀਨਿਊ ਨਹੀਂ ਕਰਵਾਈ ਤੇ ਮੇਰੇ ਕੁਝ ਸੁਪਨੇ ਸੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਦੋਂ ਮੈਂ ਆਪਣੀ ਬਾਹ ਦੇ ਉੱਪਰ ਬਲੇਟ ਮਾਰ ਲਏ ਸੀਗੇ ਤਾਂ ਮੇਰੇ ਪਿੱਛੇ ਕੋਈ ਨਹੀਂ ਆਇਆ ਕਿ ਮੇਰਾ ਹਾਲ ਚਾਲ ਪੁੱਛਣ ਕੋਈ ਨਹੀਂ ਆਇਆ ਤੇ ਮੈਂ ਤਾਂ ਕਰਕੇ ਡਿਵੋਰਸ ਲੈ ਲਿਆ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝਾ ਕਰਕੇ ਤੇ ਸੁਨੇਹਾ ਕਤਿਆਲ ਸਹੀ ਹੈ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੇ ਰੱਬ ਰਾਖਾ